ਮੈਂ ਵਿੱਚ ਦੋਸ਼ ਸੁੰਦਰ
ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਮੇਰਾ ਹਰ ਪ੍ਰਭ ਸੁੰਦਰ ਜੋ ਬਿਰਬਾਵੇ ਸਾਸ
ਫਿਰ ਕੋ ਮਿਲੇ ਸਿਆਣੀ। ਸਾਈ ਫਿਰ ਕੋ ਮਿਲੇ ਸਿਆਣੀ, ਸੁਹਾਗਣ ਸਦਾ ਪਿਰ ਰਾਵ
ਸਦਾ ਪਿਰ ਆਵੇ। ਮੈਂ ਕਰਮ ਹੀਨ ਕਭੀ ਗਲ ਲਾਵੇ, ਮੈਂ ਕਰਮ ਹੀਨ ਕਭੀ ਗਲ ਲਾਵੇ। ਨਿਤ ਸੁਹਾਗ ਸਦਾ ਪਿਰ ਆਵੇ। ਮੈਂ ਕਰਮ ਹੀਨ ਕਭੀ ਗਲ ਲਾਵੇ। ਮੈਂ ਕਰਮ ਹੀਨ ਕਭੀ ਗਲ ਲਾਵੇ। ਤੂੰ ਪਿਰ ਗੁਣਵੰਤਾ ਬਾਬਲ ਹੋਈ
बावल होई सो शोलर तैसे मन में तियारस मुझ अवगुण कहो नानक सब अवगुण मोह में मुझ अवगुण से नाही दोष मैं विच दोष से नाही दोष ददै दोष ना देउ किसे मैं विच दोष ददै दोष ना देउ किसे दोष करमा अपने आ जो मैं किया मैं विच दोष जो मैं किया कृत कर्म के बिछड़े जो मैं किया सो मैं पाया दोष न दी जय अवज जना मैं विच दोष सब अवगुण सब अवगुण मैं गुण नहीं कोई मैं विच दोष सब अवगुण मैं गुण नहीं कोई क्यों कर कंत मिलावा होई अब मैं कहां करूं रिमाई अब मैं कहां करूं रिमाई सगल जन्म बिखियन सो खोया क्यों कर कंत मिलावा होई नाव मैं रूप नाव बंके नैना कवन गुण प्राण पद मिलो मेरी माई कहां करो री माई कवन गुण प्राण पद मिलो मेरी माई रूपहीन बो
ਬੁੱਧ ਬਲਹੀਨੀ ਮੋਏ ਪਰਦੇਸ ਦੂਰ ਤੇ ਆਈ ਮੈਂ ਵਿੱਚ ਦੋਸ ਨਾ ਹਨ ਦਰਬੇ ਨਾ ਚੋਬਨ ਮਾਤੀ ਨਾ ਚੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਵਾਈ ਸਭ ਅਵਗਣ ਮੋ ਮੈਂ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬੈਣਾ ਮੋਹੇ ਅਨਾਥ ਗਰੀਬ ਨਿਮਾਣੀ ਨਾ ਕੁਲ ਢੰਗ ਨਾ ਮਿੱਠੇ ਬੈਣਾ ਮੈਂ ਵਿੱਚ ਦੋਸ਼ ਮੈਂ ਵਿੱਚ ਦੋਸ਼ ਮੇਰਾ ਸੁੰਦਰ ਸਵਾਮੀ ਜੀ ਮੈਂ ਉਹਨੂੰ ਪਛਾਣ ਨਾ ਸਕੀ ਇਹ ਵੀ ਇੱਕ ਦੋਸ਼ੀ ਇਸ ਸ਼ਬਦ ਦੇ ਆਰੰਭ ਵਿੱਚ ਇਹੋ ਗੱਲ ਆਖੀ ਹੈ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੇ ਹਾਂ ਹਰ ਪ੍ਰਭ ਛੋੜ ਦੂਜੇ ਲੁਭਾਣੇ ਫਿਰ ਕਹਿ ਦਿੰਦੇ ਹਾਂ ਕਿਉਂ ਕਰ ਫਿਰ ਕੋ ਮਿਲੇ ਇਆਣੀ ਇਹ ਹੈ ਇਆਣਾਪਣ ਪਛਾਣ ਨਾ ਕਰਨੀ ਸਮਝ ਨਾ ਸਕਣਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਬਾਵੇ ਕਰਨ ਭਲਾ ਕਰੇ ਬਹੁਤੇ ਸਾਧਨ ਮਹਿਲ ਨ ਪਾਵੇ ਵਿਣ ਕਰ ਮਾਗ ਛੁਪਾਈਏ ਨਹੀਂ ਜੇ ਬਹੁ ਤੇਰਾ ਧਾਵੇ ਲੱਭ ਲੋ ਅਹੰਕਾਰ ਕੀ ਮਾਤੀ ਮਾਇਆ ਮਾਏ ਸਵਾਰੀ ਕਿੰਨੀ ਬਾਤੀ ਬਾਤੀ ਸੋ ਪਾਈਏ ਨਹੀਂ
ਇਉਂ ਉਜਾਣੀ ਹੋ ਗਈ। ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ, ਹਉ ਹਰ ਪ੍ਰਭ ਛੋੜ ਦੂਜੇ ਵਾਣੀ। ਬਸ ਇਸ ਲਈ ਜ਼ਰੂਰਤ ਸੀ ਕੋਈ ਮੈਨੂੰ ਇਆਣੀ ਤੋਂ ਸਿਆਣੀ ਕਰ ਦੇਵੇ, ਕਿਉਂਕਿ ਇਸ ਸ਼ਬਦ ਅੰਦਰ ਹੀ ਦੋਨੋਂ ਗੱਲਾਂ ਆ ਗਈਆਂ। ਹਾਂ ਕਿਉਂ ਕਰ ਫਿਰ ਕੋ ਮਿਲਵੇਂ ਇਆਣੀ, ਪਹਿਲੀ ਗੱਲ ਇਆਣੀ ਦੀ। ਫਿਰ ਕਹਿਣ ਲੱਗੇ ਜੋ ਪਿਰ ਭਾਵੈ ਸਾਈ ਸੁਹਾਗਣ, ਸਾਈ ਪਿਰ ਕੋ ਮਿਲੇ ਸਿਆਣੀ। ਮੇਰੇ ਰਾਮ, ਹਉ ਪ੍ਰਭ ਕੇ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਰਾਤ ਵੀ ਫਿਰ ਲੜੀ ਜੋੜਾਂ ਇਹ ਲਫਜ਼ ਆਏ ਸਨ ਕਿ ਸੰਸਾਰ ਵਿੱਚ ਅਤੇ ਨਿਰੰਕਾਰ ਵਿੱਚ ਕੀ ਫਰਕ ਹੈ। ਉਹ ਫਰਕ ਇਹ ਹੈ, ਇਹ ਹੈ ਸੰਸਾਰ ਪੇਕਾ ਘਰ ਅਤੇ ਨਿਰੰਕਾਰ ਹੈ ਸਹੁਰਾ ਘਰ, ਕਿਉਂਕਿ ਉਸਨੂੰ ਪਿਰ ਆਖ ਰਹੇ ਨੇ ਨਾ ਬਾਰ ਬਾਰ। ਜੋ ਪਿਰ ਭਾਵੈ ਸਾਈ ਸੁਹਾਗਣ, ਏਕੋ ਪ੍ਰਿਓ ਸਖੀਆਂ ਸਭ ਪ੍ਰਿਆ ਕੀ। ਜੋ ਪਿਰ ਭਾਵੈ, ਜੋ ਭਾਵੈ ਪਿਰ ਸਾ ਭਲੀ, ਉਹ ਪਿਰ ਹੈ, ਮਾਲਕ ਹੈ, ਖਸਮ ਹੈ। ਅਤੇ ਖਸਮ ਦਾ ਘਰ ਕੀ ਹੁੰਦਾ? ਸਹੁਰਾ ਘਰ। ਉਹ ਸਹੁਰਾ ਘਰ ਹੁੰਦਾ ਹੈ ਜਿੱਥੇ ਰਾਤ ਵੀ ਲਫ਼ਜ਼ ਸਨ ਸਹੁਰੇ ਘਰ ਦੀ ਮਰਿਆਦਾ ਅਤੇ ਪੇਕੇ ਘਰ ਦੀ ਮਰਿਆਦਾ ਦਾ ਫਰਕ ਪੈ ਗਿਆ। ਪੇਕੜੇ ਘਰ ਵਿੱਚ ਕੀ ਸੀ? ਸਹੁਰੜੀ ਵੱਤ ਸਭ ਕੁਝ ਸਾਂਝੀ, ਪੇਕੜੇ ਧਨ ਵੱਖੇ। ਉਦੋਂ ਇਆਣੀ ਸੀ, ਹਰ ਗੱਲ 'ਤੇ ਮੇਰ ਜਿੱਤ ਲਾਉਂਦੀ ਸੀ, ਕਿਸੇ ਨੂੰ ਆਪਣੇ ਸਕੇ ਭਰਾ ਨੂੰ ਵੀ ਹੱਥ ਨਹੀਂ ਸੀ ਲਾਉਣ ਦਿੰਦੀ, ਇਹ ਚੀਜ਼ ਮੇਰੀ ਹੈ। ਇਆਣੀ ਸੀ ਅਤੇ ਰਾਤ ਲਫ਼ਜ਼ ਆਏ ਸਨ, ਮਾਂ ਆਖਦੀ ਸੀ ਬੇਟਾ ਪੁੱਤਰ ਆਪਣਾ ਸੁਭਾਅ ਬਦਲ, ਤੂੰ ਸਹੁਰੇ ਘਰ ਜਾਣਾ ਹੈ। ਇਹ ਰੋਜ਼ਾਨਾ ਜੀਵਨ ਦੀ ਗੱਲ। ਮੈਂ ਇੱਕ ਅਰਜ਼ ਕਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਗੱਲ ਸਮਝਾਉਣ ਲਈ ਕੋਈ ਐਗਜ਼ਾਮਪਲ ਵਰਤੀ ਗਈ ਹੈ, ਉਹ ਐਗਜ਼ਾਮਪਲ ਸਾਨੂੰ ਦਿਸਦੀ ਹੈ, ਪਰ ਉਹਦੇ ਪਿੱਛੇ ਲੁਕੀਆਂ ਹੋਈਆਂ ਭਾਵਨਾਵਾਂ
ਸਾਨੂੰ ਸਮਝਣੀਆਂ ਪੈਂਦੀਆਂ ਨੇ, ਉਹ ਦਿਸਦੀਆਂ ਨਹੀਂ। ਹੁਣ ਸਹੁਰਾ ਘਰ ਅਤੇ ਪੇਕਾ ਘਰ ਸਾਡੇ ਜੀਵਨ ਦਾ ਹਿੱਸਾ ਬਣ ਗਿਆ, ਉਹ ਸਾਨੂੰ ਦਿਸਦਾ। ਪਰ ਗੁਰੂ ਇਸ ਐਗਜ਼ਾਮਪਲ ਨੂੰ ਸਾਹਮਣੇ ਰੱਖ ਕੇ ਜੋ ਸਮਝਾਉਣਾ ਚਾਹੁੰਦੇ ਨੇ ਉਹ ਸਮਝਣਾ ਪੈਣਾ ਹੈ। ਲਫਜ਼ ਆਇਆ ਸਨ, ਸਾਹੁਰੜੀ ਵੱਥ ਸਭ ਕੁਝ ਸਾਂਝੀ, ਪੇਵਕੜੇ ਧਨ ਵੱਖੈ। ਪੇਕੇ ਘਰ ਵਿੱਚ ਸਭ ਕੁਝ ਆਪਣਾ ਆਪਣਾ ਹੈ। ਕਿਸੇ ਦੇ ਘਰ ਵੀ ਜਾਣਾ ਹੋਵੇ ਬਿਨਾਂ ਇਜਾਜ਼ਤ ਨਹੀਂ, ਪਹਿਲਾਂ ਫੋਨ ਕਰੋ, ਫਿਰ ਦਰਵਾਜ਼ੇ 'ਤੇ ਜਾ ਕੇ ਰਿੰਗ ਕਰੋ, ਫਿਰ ਕੋਈ ਦਰਵਾਜ਼ਾ ਖੋਲ੍ਹੇ ਤਾਂ ਅੰਦਰ ਜਾਓ। ਸਭ ਕੁਛ ਆਪਣਾ ਆਪਣਾ ਹੈ। ਮੈਂ ਰਾਤ ਅਰਜ਼ ਕੀਤੀ ਸੀ, ਮਨੁੱਖ ਇੱਥੋਂ ਤੱਕ ਵੱਧ ਗਿਆ ਕਿ ਮਨੁੱਖ ਨੇ ਆਖਿਆ ਗੁਰਦੁਆਰਾ ਵੀ ਮੇਰਾ ਹੈ, ਆ ਮਰਿਆਦਾ ਮੇਰੀ ਹੈ, ਆ ਅੰਮ੍ਰਿਤ ਮੇਰਾ ਹੈ, ਆ ਕੱਪੜੇ ਮੇਰੇ ਨੇ। ਪਰ ਮੈਂ ਅਰਜ਼ ਕੀਤੀ ਸੀ ਸਹੁਰਾ ਘਰ ਪੇ ਜਿਹੜਾ ਪਿਰ ਦਾ ਘਰ ਹੈ ਉਹਦੀ ਮਰਿਆਦਾ, ਉੱਥੇ ਸਭ ਕੁਝ ਸਾਂਝਾ, ਉਹਨੇ ਧਰਤੀ ਬਣਾਈ ਹੈ ਕੋਈ ਆ ਜਾਏ, ਉਹਨੇ ਪਾਣੀ ਬਣਾਇਆ ਕੋਈ ਪੀ ਲੈ, ਉਹਨੇ ਹਵਾ ਬਣਾਈ ਹੈ ਕੋਈ ਸਾਹ ਲਈ ਜਾਏ, ਉਹ ਵੱਖ ਵੱਖ ਨਹੀਂ, ਉਹਦੀ ਹਰ ਇੱਕ ਚੀਜ਼ ਸਾਂਝੀ। ਭਲਿਆ ਜੇ ਤੇਰੀ ਉਹਦੇ ਨਾਲ ਬਿਆਨ ਆਉਣ ਦਾ ਮਸਲਾ ਹੈ ਤਾਂ ਤੈਨੂੰ ਉਹ ਸੁਭਾਅ ਪ੍ਰਾਪਤ ਕਰਨਾ ਪਏਗਾ। ਲਓ ਮਸਲਾ ਪਾਸ ਬਣਦੀ ਉਸੇ ਨਾਲ ਹੈ ਜਿਹਦਾ ਸੁਭਾਅ ਮਿਲਦਾ ਹੋਵੇ। ਜੇ ਤੂੰ ਪੇਕੇ ਘਰ ਵਾਲੀ ਸੰਸਾਰਕ ਦੇ ਆਦਤ ਸੁਭਾਅ ਰੱਖੇਗਾ ਰੱਬ ਨਾਲ ਨਹੀਂ ਬਣਾ ਹੋਵੇਗੀ, ਕਿਉਂਕਿ ਉਹਦੀ ਤਾਂ ਸਭ ਕੁਝ ਸਾਂਝੀਏ। ਪਰ ਮਨੁੱਖ ਨੂੰ ਤਾਂ ਇੰਨਾ ਵੀ ਖਿਆਲ ਨਹੀਂ ਕਿ ਮੇਰਾ ਜਾਣ ਦਾ ਸਮਾਂ ਆ ਗਿਆ, ਮੈਂ ਕੋਈ ਤਿਆਰੀ ਕਰ ਲਵਾਂ। ਰਾਤ ਵਾਲੀ ਲੜੀ ਨਾਲ ਨਾਲ ਜੋੜਨਾ ਚਾਹੁੰਦਾ। ਗੁਰੂ ਨੇ ਆਖਿਆ, ਕਹਿਣ ਲੱਗੇ, ਕਿਹੜੇ ਦਿਨ ਚਾਰ ਹੈ ਸਾਹੁਰ ਲੈ ਜਾਣਾ, ਅੰਧਾ ਲੋਕ ਨਾ ਜਾਣੇ, ਮੂਰਖ ਆਣਾ। ਇੱਥੇ ਵੀ ਆਣਾ ਆ ਗਿਆ, ਅਣਜਾਣ ਜਿਹਨੂੰ ਪਛਾਣ ਕੋਈ ਨਹੀਂ, ਉਹ ਪੇਕੇ ਘਰ ਨੂੰ ਹੀ ਉਹੀ ਆਦਤਾਂ ਉਹੀ ਸੁਭਾਅ ਨੂੰ ਅਪਣਾਈ ਬੈਠਾ ਹੈ। ਕਹਿਣ ਲੱਗੇ, ਕਹੋ ਡਡਿਆ ਵੱਧ ਧਨ ਖੜੀ ਪਾਹੂ ਘਰ ਆਏ। ਪਾਹੂ ਘਰ ਆਏ ਦੀ ਪ੍ਰਾਹੁਣੇ ਆ ਗਏ, ਉਹ ਮੁਕਲਾਵਾ ਲੈਣ ਲਈ ਆ ਗਏ। ਤੂੰ ਅਜੇ ਡਡਿਆ, ਡਡਿਆ ਦਾ ਮਤਲਬ ਹੁੰਦਾ ਅਧਵਾਟੇ, ਪੂਰੀ ਤਿਆਰੀ ਨਾ ਹੋਣੀ। ਆ ਛੋਲਿਆਂ ਨੂੰ ਦਾਣੇ ਲੱਗਦੇ ਨੇ, ਉਹਨਾਂ ਨੂੰ ਕਹਿੰਦੇ ਸਨ ਪਹਿਲਾਂ ਡੱਡੇ। ਬੱਚੇ ਨੂੰ ਵੀ ਮਾਂ ਪਿਓ ਕਈ ਵਾਰੀ ਬੁਲਾਉਂਦੇ ਸਨ ਡੱਡਿਆ। ਆਪਣੇ ਪੰਜਾਬੀ ਦੀ ਨਾਲ ਨਾਲ ਸਾਨੂੰ ਆਪਣੀ ਬੋਲੀ ਵੀ ਸਮਝਣ ਦੀ ਲੋੜ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝਣ ਲਈ। ਡੱਡਿਆ ਦਾ ਮਤਲਬ ਹੁੰਦਾ ਹੈ ਅਧਵਾਟ, ਅਜੇ ਪੂਰੀ ਨਹੀਂ ਪੱਕੀ,
ਬਚਪਨ ਆਣਾ ਜਿਹਨੂੰ ਅਜੇ ਕੁਝ ਪਤਾ ਨਾ ਹੋਵੇ ਉਹਨੂੰ ਕਹਿੰਦੇ ਸਨ ਡਡੀਆ। ਕਹਿਣ ਲੱਗੇ ਤੂੰ ਤਾਂ ਤਿਆਰ ਹੀ ਨਹੀਂ ਆ, ਦਰਬਾਰ 'ਤੇ ਖੜੀ ਹੈ, ਤੈਨੂੰ ਪਤਾ ਹੀ ਨਹੀਂ ਮੈਂ ਜਾਣਾ ਹੈ। ਸਹੁਰੇ ਘਰ ਦਾ ਪੇਰੇ ਪੇਕੇ ਘਰ ਵਿੱਚੋਂ ਸਹੁਰੇ ਘਰ ਦਾ ਜਿਹੜੀ ਤਬਦੀਲ, ਬਲਕਿ ਮੈਂ ਕਈ ਵਾਰੀ ਹੈਰਾਨ ਹੋਣਾ, ਕਈ ਪੁਰਾਣੀਆਂ ਰਸਮਾਂ ਜਿਹੜੀਆਂ ਬਣੀਆਂ ਸਨ ਉਹਦੇ ਕੁਛ ਕਾਰਨ ਸਨ, ਅਸੀਂ ਉਹ ਕਾਰਨਾਂ ਨੂੰ ਨਹੀਂ ਸਮਝ ਰਹੇ। ਸਾਧੂ ਨੇ ਬਾਣੀ ਵਿੱਚ ਵੀ ਇੱਕ ਲਫ਼ਜ਼ ਆਖੇ ਨੇ, ਕਹਿੰਦੇ ਨੇ ਹਰ ਹਰ ਕਿਰਪਾ ਕਰੇ ਪ੍ਰਭ ਆਪਣੀ ਗੁਰਮੁਖ ਸਾਹੁਰੜੇ ਕੰਮ ਸਿੱਖੇ। ਲੋ ਗੁਰਬਾਣੀ ਦੀ ਤੁੱਕ, ਰੱਬ ਰਹਿਮਤ ਕਰਦਾ ਅਤੇ ਇੱਕ ਸਮਾਂ ਮਿਲਦਾ ਉਹ ਗੁਰੂ ਨੂੰ ਆਖਦਾ ਇਹਨੂੰ ਮੇਰੇ ਕੋਲ ਰਹਿਣ ਦਾ ਜਿਹੜਾ ਸੁਭਾਅ ਹੈ ਨਾ ਉਹ ਸਿਖਾ ਲੇ। ਗੁਰੂ ਰੱਬ ਨਾਲ ਸੰਬੰਧ ਜੋੜਨ ਦਾ ਸੁਭਾਅ ਸਿਖਾਉਂਦਾ ਹੈ। ਅਸੀਂ ਗੁਰੂ ਕੋਲੋਂ ਕੀ ਸਿੱਖਣਾ ਹੈ, ਗੁਰਬਾਣੀ ਹੈ। ਸਤਿਗੁਰੂ ਕਹਿੰਦੇ ਨੇ ਹਰ ਹਰ ਕਿਰਪਾ ਕਰੇ ਪ੍ਰਭ ਆਪਣੇ ਗੁਰਮੁਖ ਸਾਹੁਰੜੇ ਕੰਮ ਸਿੱਖੇ, ਕੰਮ ਸਿੱਖਦਾ। ਇੱਥੇ ਇਹ ਸਿੱਖਣਾ ਹੈ ਕਿ ਰੱਬ ਨਾਲ ਸਾਡੀ ਬਣ ਕਿਵੇਂ ਆਵੇ, ਇਹ ਸਿਖਾਉਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਸਿੱਖਣਾ ਪੈਂਦਾ, ਬਿਨਾਂ ਸਿੱਖੇ ਕੁਝ ਵੀ ਨਹੀਂ ਆਉਂਦਾ। ਸਤਿਗੁਰੂ ਨੇ ਬਾਣੀ ਅੰਦਰ ਹਰ ਗੱਲ ਨੂੰ ਸਪਸ਼ਟ ਕੀਤਾ ਹੈ। ਮਾਂ, ਮੈਂ ਰਾਤ ਵੀ ਅਰਜ਼ ਕੀਤੀ ਸੀ, ਮਾਂ ਆਖਦੀ ਹੈ ਬੇਟਾ ਤੂੰ ਸਹੁਰੇ ਘਰ ਜਾਣਾ ਹੈ, ਕੁਝ ਸਿੱਖ ਲੈ। ਪਰ ਕਈ ਵਾਰੀ ਇੱਥੋਂ ਤੱਕ ਰਹਿਮਤ ਹੁੰਦੀ ਹੈ, ਸਹੁਰੇ ਘਰ ਦੀ ਦਇਆ ਕਿਰਪਾ ਹੁੰਦੀ ਹੈ, ਫਿਰ ਵੀ ਆਖਦਾ ਮੈਂ ਮਰਿਆ, ਅਜੇ ਹੋ ਸਕਦਾ ਇਹ ਨਾ ਸਿੱਖੀ ਹੋਵੇ, ਉਹ ਫਿਰ ਛੋਟ ਦਿੰਦਾ। ਆ ਪੁਰਾਤਨ ਸਮੇਂ ਦੀ ਮਰਿਆਦਾ ਮੈਂ ਜਦੋਂ ਪੜ੍ਹਨਾ ਦੇਖਣਾ ਅਤੇ ਹੈਰਾਨ ਹੋਣਾ। ਮਾਤਾਵਾਂ ਜਾਣਦੀਆਂ ਨੇ ਬਜ਼ੁਰਗ, ਜਦੋਂ ਨੂੰਹ ਵਿਆਹੀ ਹੋਈ ਆਉਂਦੀ ਸੀ ਨਾ, ਸਵਾ ਮਹੀਨਾ ਕਹਿੰਦੇ ਸਨ ਇਹਨੂੰ ਕੰਮ ਨਾ ਲਾਓ। ਮੈਂ ਕਈ ਵਾਰੀ ਕਹਿਣਾ ਬਈ ਇਹ ਗੱਲ ਸੋਚਣੀ ਹੈ, ਸਹੁਰੇ ਘਰਾਂ ਦਾਖਦੇ ਸਨ ਸਵਾ ਮਹੀਨਾ ਇਹਨੂੰ ਕੰਮ ਨਾ ਲਾਓ। ਹੈਂ, ਇਹ ਕੋਈ ਉਹਦੇ 'ਤੇ ਰਹਿਮਤ ਹੈ? ਜੇ ਸਵਾ ਮਹੀਨੇ ਬਾਅਦ ਕੰਮ ਨਾ ਕਰੇਗੀ ਫਿਰ ਉਲਾਂਭਾ ਹੋਵੇਗਾ। ਇਹ ਸਵਾ ਮਹੀਨੇ ਕੰਮ ਨਾ ਲਾਉਣ ਦਾ ਰਿਵਾਜ਼ ਕਿਉਂ ਪਾਇਆ ਅਤੇ ਬਜ਼ੁਰਗਾਂ ਨੇ ਇਹ ਮਰਿਆਦਾ ਕਿਉਂ ਬਣਾਈ? ਇਸ ਲਈ ਕਿਉਂਕਿ ਇਹ ਪੇਕੇ ਘਰੋਂ ਆਈ ਹੈ, ਹੋ ਸਕਦਾ ਹੈ ਉੱਥੋਂ ਦਾ ਸੁਭਾਅ ਵੱਖਰਾ ਹੋਵੇ। ਜਿਵੇਂ ਮੈਂ ਅਰਜ਼ ਕੀਤੀ ਹੈ, ਸਹੁਰੇ ਅਤੇ ਪੇਕੇ ਦਾ ਫਰਕ ਹੈ, ਸਹੁਰੜੀ ਬਸ ਸਭ ਕੁਛ ਸਾਂਝੀ, ਪੇਵਕੜੀ ਤਾਂ ਰੱਖੇ। ਅਤੇ ਸਹੁਰੇ ਸੋਚਦੇ ਸਨ ਕੋਈ ਨਹੀਂ, ਪੇਕੇ ਘਰੋਂ ਆਈ ਹੈ, ਇਹ ਆਉਣੀ ਸੀ, ਉੱਥੇ ਪਲੀ ਹੈ, ਹੋ ਸਕਦਾ ਇੱਥੋਂ ਦੇ ਸੁਭਾਅ ਦਾ ਇਹਨੂੰ ਪਤਾ ਨਾ ਹੋਵੇ, ਕੋਈ ਕੰਮ ਕਰੇਗੀ ਗਲਤ ਕਰ ਪਏਗੀ, ਇੱਥੋਂ ਦੇ ਸੁਭਾਅ ਦੇ ਮੁਤਾਬਕ ਨਹੀਂ ਕਰੇ, ਫਿਰ ਜੋ ਸਾਨੂੰ ਨਾਰਾਜ਼ਗੀ ਹੋਵੇਗੀ। ਸਵਾ ਮਹੀਨਾ ਇਹ ਕੰਮ ਕਰੇ ਨਾ, ਕੰਮ ਕਰਦਾ ਵੇਖੇ। ਲਓ ਮਸਲਾ ਆਉਂਦਾ ਸੀ,
ਇਹ ਸਿਖਾਉਣਾ ਚਾਹੁੰਦੇ ਨੇ। ਇਹ ਸਵਾ ਮਹੀਨੇ ਦਾ ਜਿਹੜਾ ਪ੍ਰੋਗਰਾਮ ਸੀ ਨਾ, ਇਹ ਉਹਦਾ ਕਾਰਨ ਹੁੰਦੀ ਸੀ ਵੀ ਸਵਾ ਮਹੀਨਾ ਇਹ ਕੰਮ ਨਾ ਕਰੇ, ਵੇਖੇ ਇਹ ਸਬਜ਼ੀ ਬਣਾਏ ਨਾ, ਵੇਖੇ ਇਹਦੇ 'ਚ ਕਿੰਨਾ ਕੁ ਨਿੰਮਕ ਮਿਰਚ ਇਹ ਪਸੰਦ ਕਰਦੇ ਨੇ ਖਾਏ। ਇਹ ਹਰ ਇੱਕ ਚੀਜ਼ ਦੀ ਸਫਾਈ ਦਾ, ਕੋਈ ਚੀਜ਼ ਕਿੱਥੇ ਐਡਜਸਟ ਕਰਨੀ ਹੈ, ਕਿੱਥੇ ਸਜਾਉਣੀ ਹੈ, ਇਹ ਸਭ ਕੁਝ ਦੇਖੇ। ਦੇਖ ਕੇ ਇਹਨੂੰ ਪਤਾ ਲੱਗ ਜਾਏ ਵੀ ਸਹੁਰੇ ਘਰ ਦੀ ਮਰਿਆਦਾ ਕੀ ਹੈ। ਅਤੇ ਗੁਰੂ ਨੇ ਵੀ ਕਹਿ ਦਿੱਤਾ, ਹਰ ਹਰ ਕਿਰਪਾ ਕਰੇ ਪ੍ਰਭੂ ਆਪਣੀ, ਗੁਰਮੁਖ ਸਾਹੁਰੇ ਕੰਮ ਸਿੱਖੇ, ਕੰਮ ਸਿੱਖੇ। ਇਹ ਸਵਾ ਮਹੀਨੇ ਦਾ ਘਰ ਉਹਨਾਂ ਨੂੰ ਟ੍ਰੇਨ ਕਰ ਰਿਹਾ ਸੀ। ਇਹਨੂੰ ਪਤਾ ਸਵਾ ਮਹੀਨੇ ਬਾਅਦ ਉਹ ਜਾਣ ਜਾਂਦੀ ਸੀ ਵੀ ਇਹਨਾਂ ਦਾ ਜੀਵਨ ਸ਼ੈਲੀ ਕੀ ਹੈ। ਫਿਰ ਆਸਾਨੀ ਨਾਲ ਉਹ ਐਡਜਸਟ ਹੋ ਜਾਂਦੀ ਸੀ। ਬਾਣ ਇਸੇ ਤਰ੍ਹਾਂ ਮੈਂ ਸਮਝਣਾ, ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਇੱਥੋਂ ਦੇ ਗੁਣ ਸਿੱਖ ਲੈ ਤਾਂ ਕਿ ਤੇਰੀ ਪਿਰ ਨਾਲ ਸਹੁਰੇ ਘਰ ਨਾਲ ਬਣ ਆਵੇ। ਔਰ ਇਹ ਜਿਹੜੇ ਰਾਤ ਵਾਲੇ ਲਫ਼ਜ਼ ਸਨ ਨਾ, ਸਤਿਗੁਰੂ ਨੇ ਕਿਉਂ ਨੇ ਆਖਿਆ ਕੀ ਨਾ ਸੁਣੇ ਗੋਰੀਏ ਆਪਣੇ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿੱਤ ਨਾ ਪਈਆ ਹੋਏ। ਹਮੇਸ਼ਾ ਪੇਕੇ ਨਹੀਂ ਰਹਿਣਾ, ਹਮੇਸ਼ਾ ਪੇਕੇ ਨਹੀਂ ਰਹਿਣਾ। ਜੀਵ ਆਤਮਾ ਨੇ ਹਮੇਸ਼ਾ ਸੰਸਾਰ ਵਿੱਚ ਨਹੀਂ ਰਹਿਣਾ, ਚਲਾ ਜਾਣਾ ਹੈ। ਪਰ ਜਿਸ ਮਾਲਕ ਨੇ ਤੈਨੂੰ ਭੇਜਿਆ ਹੈ, ਜਿੱਥੋਂ ਜੋਤ ਆਈ ਹੈ ਵਾਪਸ ਜੋਤ ਨੂੰ ਉੱਥੇ ਟਿਕਾਣਾ ਮਿਲੇ। ਸਾਨੂੰ ਨੇ ਕਿਉਂ ਆਖਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੇ ਸੰਪੂਰਨ ਥੀ ਆਰਾਮ। ਸੰਪੂਰਨ ਤੂੰ ਉਸ ਦਿਨ ਹੋਣਾ, ਨਹੀਂ ਤਾਂ ਅਧੂਰਾ ਰਹਿਣਾ ਹੈ। ਆਹ ਲੋਕ ਕਿਉਂ ਕਹਿੰਦੇ ਨੇ ਜਾਣ ਤੋਂ ਬਾਅਦ ਕਿ ਹੁਣ ਇਹ ਪੂਰਾ ਹੋ ਗਿਆ ਹੈ, ਕਿਉਂਕਿ ਪੂਰੇ ਕਾ ਕੀ ਆ ਸਭ ਕੁਝ ਉਹਦੇ ਵਿੱਚ ਸਮਾ, ਜਿੰਨਾ ਚਿਰ ਉਹਦੇ ਵਿੱਚ ਥਾਂ ਨਹੀਂ ਮਿਲਦੀ ਪੂਰਾ ਨਹੀਂ ਹੁੰਦਾ, ਅਧੂਰਾ ਰਹਿ ਜਾਂਦਾ ਹੈ। ਕਹੋ ਡੰਡੀਆ ਵਾਧੇ ਧਨ ਖੜੇ ਅਜੇ ਅਧੂਰਾ ਹੈ, ਪਾਹੂ ਘਰ ਆਏ ਮੁਕਲਾਊ ਆਏ ਅਜੇ ਪੂਰਾ ਨਹੀਂ ਹੋਇਆ। ਉਹ ਉਹਦੇ ਹੋਣਾ ਜਿਸ ਪੂਰੀ ਦੀ ਪੂਰੇ ਦੀ ਜੋਤ ਵਿੱਚੋਂ ਆਇਆ ਹੈ, ਜੋਤੀ ਬਣ ਕੇ ਉਹ ਇਸੇ ਉਸੇ ਵਿੱਚ ਜੋਤ ਮਿਲ ਜਾਏ, ਮਿਲਣੀ ਜ਼ਰੂਰੀ ਹੈ। ਪਰ ਉਹ ਕਿਵੇਂ ਮਿਲੇ, ਉੱਥੇ ਥਾਂ ਕਿਵੇਂ ਮਿਲੇ, ਉਹ ਸਿਖਾਉਂਦਾ ਗੁਰੂ ਅਤੇ ਆਖਦਾ ਭਲੀਏ ਇੱਕ ਯਾਦ ਰੱਖੀ ਤੂੰ ਹਮੇਸ਼ਾ ਇੱਥੇ ਨਹੀਂ ਰਹਿ ਜਾਣਾ। ਕੀ ਨਾ ਸੁਣੇ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿੱਤ ਨਾ ਪਈਆ ਹੋਈਏ। ਨਾਨਕ ਸੁੱਤੀ ਪਈ ਜੇ ਤੂੰ ਇੱਥੇ ਸੌਂ ਕੇ ਜੀਵਨ ਬਚਾ ਲਿਆ, ਸਹੁਰੇ ਘਰ ਦੇ ਜਾਣ ਦੇ ਗੁਣ ਨਾ ਸਿੱਖੇ ਤਾਂ ਵਿਸ਼ਵਾਸ ਕਰ ਫਿਰ ਔਗਣ ਬੰਨ ਕੇ ਲੈ ਜਾਏਗੀ ਉਹ ਜਿਹੜੇ ਸਭ ਕੁਝ ਵੱਖੇ ਵਾਲੇ ਔਗਣ ਨੇ।
ਪੇਵਕੜੇ ਧਨ ਵੱਖੇ ਇਹ ਅਵਗਣ ਨੇ। ਜਿੰਨਾ ਸੰਸਾਰ ਦੁਖੀ ਹੋ ਰਿਹਾ ਨਾ, ਸਾਰੇ ਪੇਵਕੜੇ ਧਨ ਵੱਖੇ ਦਾ ਕਾਰਨ ਹੈ। ਹਰ ਦੀ ਆਪਣੀ ਚੀਜ਼ ਹੈ। ਉਹ ਕਹਿੰਦਾ ਦੂਜਾ ਮੇਰੀ ਧਰਤੀ 'ਤੇ ਪੈਰ ਕਿਉਂ ਪਾਏ? ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੇਰੇ ਹਮਰੀ ਭੂਮ ਕੌਣ ਗਾਲੇ ਪੈਰ। ਗੁਰਬਾਣੀ ਕਹਿੰਦੀ, ਕਹਿੰਦੇ ਮਨੁੱਖ ਦੀ ਆਦਤ ਸੁਭਾਅ ਬਣ ਗਿਆ, ਇਹ ਧਰਤੀ ਮੇਰੀ ਹੈ, ਇੱਥੇ ਕੋਈ ਦੂਜਾ ਪੈਰ ਕਿਉਂ ਰੱਖੇ? ਗੁਰਬਾਣੀ ਹੈ, ਹਮਰੀ ਭੂਮ ਕੌਣ ਗਾਲੇ ਪੈਰ। ਹਾਂ ਪੰਡਿਤ, ਹਾਂ ਚਤਰ ਸਿਆਣਾ, ਮੈਂ ਸਿਆਣਾ, ਮੇਰੀ ਗੱਲ ਕੋਈ ਕਿਵੇਂ ਮੋੜੇ? ਇਹ ਹੈ। ਅਤੇ ਗੁਰੂ ਕਹਿੰਦੇ ਨੇ, ਜੇ ਤੈਨੂੰ ਨਾ ਸਿੱਖੀਓ ਸਹੁਰੇ ਘਰ ਦੀ ਮਰਿਆਦਾ, ਤਾਂ ਫਿਰ ਵਿਸ਼ਵਾਸ ਕਰ, ਪੇਵਕੜੇ ਘਰ ਦੀ ਉਹ ਮਰਿਆਦਾ ਨਾਲ ਲੈ ਜਾਏਗੀ। ਨਾਨਕ ਸੁੱਤੀ ਪਈ ਹੈ, ਜਾਣ ਵਿਰਤੀ ਸਨ, ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬਣ। ਅਤੇ ਉਹ ਅਵਗੁਣ ਯਾਰਾ ਨਹੀਂ, ਤੂੰ ਫਿਰ ਗੁਣਵੰਤਾ ਹੈ, ਇਸ ਲਈ ਉੱਥੇ ਅਵਗੁਣ ਬਣ ਕੇ ਨਹੀਂ ਲਿਜਾਏ ਜਾਣੇ, ਉੱਥੇ ਤਾਂ ਗੁਣ ਜਾਣਗੇ, ਅਵਗੁਣ ਨਹੀਂ ਜਾਣੇ। ਅਤੇ ਗੁਰੂ ਨੇ ਆਖਿਆ ਅਵਗੁਣ ਕਿਹੜੇ ਨੇ? ਉਹ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਕਹਿਣ ਲੱਗੀ, ਮੇਰਾ ਮਿਲਾਪ ਕਿਉਂ ਨਹੀਂ? ਮਿਲਾਪ ਇਸ ਲਈ ਨਹੀਂ, ਕਿਉਂ ਕਰ ਫਿਰ ਕੋ ਮਿਲੇ ਇਹ ਹਾਨੀ। ਤੇ ਉਹਦਾ ਰੂਪ ਦੱਸਦੇ ਨੇ, ਉਹ ਦੋਸ਼ ਕੀ ਹੈ, ਉਹ ਅਵਗੁਣ ਕੀ ਹੈ ਜਿਹੜੀ ਬਣ ਕੇ ਆ ਗਈ ਹੈ। ਉਸ ਅਵਗੁਣ ਦਾ ਬਕਾਇਦਾ ਜ਼ਿਕਰ ਕੀਤਾ ਨੇ, ਤਸਵੀਰ ਖਿੱਚ ਕੇ ਚੰਗੀ ਤਰ੍ਹਾਂ ਐਗਜ਼ਾਮਪਲ ਦੇ ਕੇ ਕਹਿਣ ਲੱਗੇ, ਪੱਥਰ ਕੀ ਜਹਿਰਾਸ ਆ ਸੰਸਾਰ ਅੰਦਰ, ਰੇਤੇ ਅਤੇ ਮਿੱਟੀ ਅਤੇ ਪੱਥਰਾਂ ਦੇ ਬੜੇ ਵੱਡੇ ਮਹਿਲ ਬਣਾ ਦਿੱਤੇ। ਸੋਨੇ ਅਤੇ ਬੜੇ ਖੂਬਸੂਰਤ ਮੋਤੀਆਂ ਦੇ ਗਹਿਣੇ ਬਣਾ ਦਿੱਤੇ। ਅਤੇ ਜਦੋਂ ਸਹੁਰੇ ਘਰ ਜਾਂਦੀ ਹੈ, ਉਦੋਂ ਇਹੋ ਹੀ ਤਾਂ ਮਿਲ ਸਭ ਤੋਂ ਪਹਿਲਾਂ ਮਿਲਦਾ ਹੈ। ਅਜੇ ਜਾਣ ਤੋਂ ਪਹਿਲਾਂ ਬੱਚੀ ਨੂੰ ਸ਼ਿੰਗਾਰ ਕਰਦੇ ਨੇ, ਅਤੇ ਕਿਹੜੀ ਚੀਜ਼ ਨਾਲ? ਗਹਿਣਿਆਂ ਨਾਲ। ਅਤੇ ਜੇ ਉਹ ਗਹਿਣਿਆਂ ਨਾਲ ਹੀ ਜੁੜ ਜਾਏ, ਤੈਸ ਹੈ ਉਸ ਮਾਲਕ ਨੇ ਦਿੱਤੇ ਨੇ, ਇਹ ਭੁੱਲ ਜਾਏ, ਉਹਨੂੰ ਇਹ ਪਤਾ ਹੋਵੇ ਕਿ ਇਹ ਗਹਿਣਿਆਂ ਨਾਲ ਮੈਨੂੰ ਸ਼ਿੰਗਾਰਿਆ ਗਿਆ ਹੈ, ਅਤੇ ਇਸ ਲਈ ਕਿਉਂਕਿ ਅੱਜ ਮੈਂ ਪਿਰ ਦੇ ਘਰ ਜਾਣਾ ਹੈ। ਇੱਕ ਖਿਆਲ ਕਰਿਓ, ਜਿੰਨੀ ਦੇਰ ਵਿਆਹ ਨਾ ਹੋਵੇ, ਬੱਚੀ ਕੁਆਰੀ ਹੋਵੇ, ਉਦੋਂ ਕਦੀ ਮਾਂ ਪਿਓ ਇੰਨੇ ਗਹਿਣੇ ਪਾਉਣ ਦਿੰਦੇ ਨੇ? ਗੁਰਬਾਣੀ ਹਰ ਇੱਕ ਚੀਜ਼ ਖੁੱਲ੍ਹ ਕੇ ਦੱਸਦੀ ਹੈ।
ਭਰੀਏ ਇਹ ਜਿਹੜੇ ਗਹਿਣੇ ਮਿਲੇ ਨੇ ਜਿਸ ਘਰ ਨੂੰ ਤੂੰ ਆਪਣਾ ਮਹੱਲ ਆਖਿਆ ਵਿਸ਼ਵਾਸ ਕਰ ਉਹ ਹੱਕ ਅਤੇ ਉਹ ਗਹਿਣੇ ਤੈਨੂੰ ਇਸ ਨਾਮ 'ਤੇ ਮਿਲੇ ਨੇ ਕਿ ਪਿਰ ਨਾਲ ਮਿਲਾਪ ਦਾ ਦਿਨ ਹੈ ਅਤੇ ਜੇ ਉਹਨਾਂ ਗਹਿਣਿਆਂ ਨਾਲ ਜੁੜ ਗਈ ਹੋ ਉਹਨਾਂ ਮਹੱਲਾਂ ਨਾਲ ਜੁੜ ਗਈ ਹੋ ਇਹਨੀ ਟੋਲੀ ਭੁਲੀਅਸ ਅਤੇ ਸਿਕੰਤ ਨਾ ਬੈਠੀ ਪਾਸ ਭੁੱਲ ਗਈ ਇਹ ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ ਦਾਤ ਪਿਆਰੀ ਵਿਸਰਿਆ ਦਾ ਤਾਰਾ ਕਹਿਣ ਲੱਗੇ ਮੇਰੇ ਵਿੱਚ ਦੋਸ਼ ਹੀ ਇਹੋ ਸੀ ਕਿ ਮੈਂ ਉਹਨਾਂ ਗਹਿਣਿਆਂ ਨਾਲ ਜੁੜ ਗਈ ਉਹ ਦੁਨੀਆਵੀ ਸੁੱਖਾਂ ਨਾਲ ਜੁੜ ਗਈ ਅਤੇ ਉਹਨਾਂ ਨੂੰ ਪਕੜ ਕੇ ਬੈਠ ਗਈ ਇਹ ਮੇਰੇ ਨੇ ਸਭ ਕੁਛ ਆਪਣਾ ਇਹ ਆਖ ਦਿੱਤਾ ਪਰ ਉਹ ਫਿਰ ਜਿਹੜਾ ਸੀ ਉਹਨੂੰ ਆਖਿਆ ਇਹ ਪਰਾਇਆ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਗੁਰਬਾਣੀ ਹੈ ਕਹਿਣ ਲੱਗੇ ਜਿਸ ਦਿਨ ਤੂੰ ਇਹ ਆਦਤ ਇਹ ਸੁਭਾਅ ਲੈ ਕੇ ਗਈ ਉਸ ਦਿਨ ਮਾਲਕ ਦੇ ਨਾਲ ਬਣ ਨਹੀਂ ਆਈ ਹੁਣ ਕਿਵੇਂ ਪ੍ਰਾਪਤ ਕਰੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਮੈਂ ਵਿੱਚ ਦੋਸ ਮੈਂ ਵਿੱਚ ਦੋਸ ਹੋ ਕਿਉਂ ਕਰ ਪੀਰ ਪਾਵਾ ਬੰਦਗੀ ਕਰਨ ਵਾਲੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਨੇ ਮੇਰਾ ਉਹਦੇ ਬਿਨਾਂ ਕੋਈ ਨਹੀਂ ਕਿਉਂਕਿ ਮੈਨੂੰ ਸਭ ਕੁਝ ਸਾਰੇ ਸੁੱਖ ਉਹਦੇ ਕੋਲੋਂ ਮਿਲਣੇ ਨੇ ਤੇਰੇ ਅਨੇਕ ਪਿਆਰੇ ਮੈਂ ਮੇਰੇ ਚਿੱਤ ਨਾ ਆਵਾ ਮਾਨਿਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ ਕਹਿਣ ਲੱਗੇ ਸਭ ਗਹਿਣੇ ਸ਼ਿੰਗਾਰ ਮਿਲੇ
ਜਿਸ ਮਾਲਕ ਨੇ ਦਿੱਤੇ ਸਨ ਉਹਨੂੰ ਭੁੱਲ ਕੇ ਉਹਨਾਂ ਸ਼ਿੰਗਾਰ ਅਤੇ ਉਹਨਾਂ ਗਹਿਣਿਆਂ ਵਿੱਚ ਮਣ ਲਿਆ। ਸੁੱਖਾਂ ਵਿੱਚ ਭਾਵ ਜਿਸ ਸੰਸਾਰ ਦੇ ਸੁੱਖ ਜਿਹੜਾ ਦੇਣ ਵਾਲਾ ਸੀ ਉਹਨੂੰ ਭੁੱਲ ਕੇ ਸੁੱਖਾਂ ਨਾਲ ਜੁੜ ਗਈ। ਸੋਨਾ ਰੁਪਾ ਰੰਗਲਾ ਮੋਤੀ ਅਤੇ ਮਾਨਕ ਜੀਓ ਸਹਿ ਤੈ ਸਹਿ ਉਸ ਮਾਲਕ ਨੇ ਦਿੱਤੀਆਂ ਸੇ ਵਸਤੂ ਸਹਿ ਦਿੱਤੀਆਂ। ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਸਾਰਾ ਕੁਛ ਦੇਣ ਵਾਲਾ ਉਹ ਸੀ। ਤੈ ਸਹਿ ਨਾਲੋ ਮੁਤੀ ਇਸ ਸੋ ਕੰਤ ਨਾ ਬੈਠੀ ਪਾਸ ਜੀ ਜੁੜਨਾ ਸੀ ਰੱਬ ਨਾਲ ਸੁੱਖ ਦੇਣ ਵਾਲੇ ਨਾਲ ਸੁੱਖਾਂ ਨਾਲ ਜੁੜ ਗਈ। ਸੁੱਖ ਆਪਣੇ ਆਪਣੇ ਸਨ। ਦੁਨੀਆ ਦਾ ਹਰ ਮਨੁੱਖ ਜਿਹੜਾ ਕਦੀ ਗਿਰੇ ਬਾਂਹ ਵਿੱਚ ਝਾਤ ਮਾਰੇ ਹਰ ਮਨੁੱਖ ਦੇ ਸੁੱਖ ਦਾ ਰੂਪ ਵੀ ਇੱਕ ਨਹੀਂ। ਕਿਸੇ ਚੀਜ਼ ਕਿਸੇ ਨੂੰ ਕਿਸੇ ਚੀਜ਼ ਵਿੱਚੋਂ ਸੁੱਖ ਨਜ਼ਰ ਆਉਂਦਾ ਕਿਸੇ ਨੂੰ ਕਿਸੇ ਚੀਜ਼ ਵੀ। ਹਰ ਸੁੱਖ ਦਾ ਵੱਖਰਾ ਵੱਖਰਾ ਰੂਪ ਹੈ। ਉਹਦਾ ਨਤੀਜਾ ਨਿਕਲਿਆ ਕਿ ਸੁੱਖ ਨੇ ਸਾਨੂੰ ਵੱਖ ਵੱਖ ਕਰ ਦਿੱਤਾ। ਉਹ ਵੱਖ ਵੱਖ ਕਰ ਦਿੱਤਾ ਸਤਿਗੁਰੂ ਨੂੰ ਆਖਣਾ ਪਿਆ ਕਹਿਣ ਰਹੇ ਪਿਵਕੜੇ ਧਨ ਵੱਖੇ। ਜੇ ਇੱਕ ਸੁੱਖ ਹੁੰਦਾ ਅਤੇ ਇੱਕੋ ਹੀ ਦੇਣ ਵਾਲਾ ਨਾਲ ਜੁੜ ਜਾਂਦੇ ਤਾਂ ਅਸੀਂ ਇੱਕ ਹੋ ਜਾਂਦੇ। ਅਸੀਂ ਸੁੱਖ ਨਾਲ ਜੁੜੇ ਉਸ ਦੇਣ ਵਾਲਾ ਨਾਲ ਨਾਲ ਜੁੜੇ ਜਿਹੜਾ ਦੇਣ ਵਾਲਾ ਗੁਰਬਾਣੀ ਨੇ ਆਵਾਜ਼ ਦੇ ਅੱਗੇ ਆਖਿਆ ਉਹ ਇੱਕ ਓਂਕਾਰ ਹੈ। ਉਹਦੇ ਬਹੁਤੇ ਰੂਪ ਨਹੀਂ ਉਹ ਇੱਕ ਓਂਕਾਰ ਹੈ। ਦੂਜਾ ਨਾ ਹੀ ਉਬਰ ਕੋ ਤਾਂ ਕਾ ਭਾਉ ਕਰੀਏ ਕੋਈ ਦੂਜਾ ਹੋਰ ਨਹੀਂ। ਕਹਿਣ ਲੱਗੇ ਇਹ ਉਸਦੀ ਵਡਿਆਈ ਹੈ। ਇਹ ਵੱਡੀ ਉੱਚਾ ਹੋਵੇ ਕੋਏ ਤੂੰ ਸੂਚੋ ਕੋ ਜਾਣੇ ਸੋਏ ਜੇ ਉਡਾਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ। ਇਹੋ ਹੀ ਉਹਦੀ ਵਡਿਆਈ ਹੈ। ਉਹਦੇ ਵਰਗਾ ਹੋਰ ਕੋਈ ਨਹੀਂ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ। ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।